ਜੰਡਿਆਲਾ ਗੁਰੂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਭਗਵਾਨ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿਚ ਦੱਸਿਆ ਗਿਆ ਕਿ ਸਾਬਕਾ ਸਰਪੰਚ ਮਨਜਿੰਦਰ ਸਿੰਘ ਭਿਰੀ ਗਹਿਰੀ ਮੰਡੀ ਦੇ ਉੱਤੇ ਦੋਸ਼ ਲਗਾਏ ਨੇ ਕਿ ਉਸਨੇ ਸਰਪੰਚੀ ਦੇ ਦੌਰਾਨ ਮਿਲੀਆਂ ਗ੍ਰਾਂਟਾਂ ਦੇ ਵਿਚ ਕਾਫੀ ਵੱਡੇ ਪੱਧਰ ਦੇ ਉੱਤੇ ਗਬਨ ਕਰਨ ਦੇ ਦੋਸ਼ ਲੱਗੇ ਨੇ, ਜਿਸ ਦੇ ਵਿਚ ਮੁੱਖ ਤੌਰ ਦੇ ਉੱਤੇ 24,69,949 ਰੁਪਏ ਦੇ ਗਬਨ ਦੇ ਦੋਸ਼ ਲੱਗੇ ਨੇ ਅਤੇ ਉਨ੍ਹਾਂ ਕਿਹਾ ਕਿ ਪੰਚਾਇਤੀ ਦੁਕਾਨਾਂ ਦੇ ਕਿਰਾਏ ਦੇ ਵਿਚ ਵੀ ਗਬਨ ਕੀਤਾ ਗਿਆ। ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਰਦਾਰ ਭਗਵਾਨ ਸਿੰਘ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਸਦਾ ਤੋਂ ਵੀ ਜਦੋਂ ਤੋਂ ਅਸੀਂ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਧੱਕੇ ਸਾਈਆਂ ਅਤੇ ਝੂਠੇ ਕਿੱਸਾ ਸਿਲਸਿਲਾ ਸ਼ੁਰੂ ਹੋ ਗਿਆ। ਹੁਣ ਜਦੋਂ ਕਿ ਇਲੈਕਸ਼ਨਾਂ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ 'ਤੇ ਆਈਆਂ ਇਹਨਾਂ ਨੇ ਉਹਨਾਂ ਧੱਕੇ ਸਾਈਆਂ ਅਤੇ ਧੱਕੇ ਸਾਈਆਂ ਅਤੇ ਹੋਰ ਜੇ ਝੂਠੇ ਕਿੱਸਾ ਸਿਲਸਿਲਾ ਹੋਰ ਲੰਮੇ ਤੌਰ 'ਤੇ ਵਧਾ ਦਿੱਤਾ। ਮੈਂ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦੇ ਨਾਲ ਚਟਾਨ ਵਾਂਗ ਖੜ੍ਹੇ ਅਸੀਂ ਹਰ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਸਾਥ ਦੇਵਾਂਗੇ ਅਤੇ ਉਹਨਾਂ ਦੇ ਝੂਠੇ ਕੇਸ ਹੋਣ ਤੋਂ ਕਾਂਗਰਸ ਨੂੰ ਤਕੜੇ ਹੱਥੀਂ ਲਵਾਂਗੇ। ਸ਼੍ਰੀ ਮਨਜਿੰਦਰ ਸਿੰਘ ਉਰਫ ਭਿਰੀ ਗ੍ਰਾਮ ਪੰਚਾਇਤ ਗਹਿਰੀ ਮੰਡੀ ਵੱਲੋਂ ਜੋ ਮੇਰੇ 'ਤੇ ਰਿਸ਼ਵਤ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਮੈਂ ਪ੍ਰੈਸ ਕਾਨਫਰੰਸ ਕਰੀ ਹੈ ਉਹਨੂੰ ਕਰਕੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਬਕਾ ਸਰਪੰਚ ਮਨਜਿੰਦਰ ਸਿੰਘ ਭਿਰੀ ਜੋ ਮੇਰੇ 'ਤੇ ਰਿਸ਼ਵਤ ਦੇ ਇਲਜ਼ਾਮ ਲਗਾ ਰਿਹਾ ਜੋ ਕਿ ਬੇਬੁਨਿਆਦ ਅਤੇ ਸੱਚਾਈ ਤੋਂ ਕਿਤੇ ਪਰੇ ਗਏ, ਇਹ ਸਭ ਕੁਝ ਸ਼੍ਰੀ ਮਨਜਿੰਦਰ ਸਿੰਘ ਧੀਰੀ ਵੱਲੋਂ ਆਪਣੀ ਸਰਪੰਚੀ ਦੇ ਅਹੁਦੇ ਦੇ ਦੌਰਾਨ 2013 ਤੋਂ ਲੈ ਕੇ 2018 ਤੱਕ ਜਾਰੀ ਕੀਤੀਆਂ ਗਈਆਂ ਇਸ ਪੰਚਾਇਤ ਨੂੰ ਗ੍ਰਾਂਟਾਂ ਪੰਚਾਇਤਾਂ ਦੇ ਫੰਡ ਵਿੱਚ ਕੀਤੀ ਗਈਆਂ ਧਾਂਦਲੀਆਂ ਨੂੰ ਛੁਪਾਉਣ ਦੀ ਖਾਤਰ ਗਹਿਰੀ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਇਹ ਕਿਹੜੀ ਪਾਰਟੀ ਦਾ ਸੰਬੰਧ ਰੱਖਦੀ? ਇਹ ਅਕਾਲੀ ਦਲ ਨਾਲ ਸੰਬੰਧ ਰੱਖਦੀ। ਸ਼੍ਰੀ ਮਨਜਿੰਦਰ ਸਿੰਘ ਭਿਰੀ ਵੱਲੋਂ ਆਪਣੀ ਸਰਪੰਚੀ ਦੇ ਅਹੁਦੇ ਦੇ ਦੌਰਾਨ 49,43,96,949 ਰੁਪਈਏ ਦੀਆਂ ਗ੍ਰਾਂਟਾਂ ਵਿਕਾਸ ਦੇ ਕੰਮ ਵੱਲੋਂ ਜਾਰੀ ਕੀਤੀਆਂ ਗਈਆਂ ਸਨ ਪਿਛਲੀ ਸਰਕਾਰ ਦੇ ਹੀ ਸਮੇਂ ਸੰਗਤ ਦਰਸ਼ਨ ਦੇ ਦੌਰਾਨ, ਔਰ ਜਿਹਦੇ ਵਿੱਚੋਂ ਕੇਵਲ 19,27,000 ਦੇ ਕੰਮਾਂ ਦੀਆਂ ਹੀ ਮਿੰਤੀਆਂ ਇਸ ਵੱਲੋਂ ਕਰਵਾਈਆਂ ਗਈਆਂ ਹਨ। ਔਰ ਜੇਈ ਦੀ ਰਿਪੋਰਟ ਦੇ ਅਨੁਸਾਰ ਇਸ ਪੰਚਾਇਤ ਦੇ ਵਿੱਚ ਮਨਜਿੰਦਰ ਸਿੰਘ ਭਿਰੀ ਵੱਲੋਂ 24,69,949 ਰੁਪਏ ਦਾ ਹੇਰਾਫੇਰੀ ਜਿਹੜੀ ਕੀਤੀ ਗਈ। ਇਹ ਪੜਤਾਲ ਜਿਹੜੀ ਸੀ ਇਹ ਮੇਰੇ ਇੱਥੇ ਜੁਆਇਨ ਕਰਨ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਰਹਿ ਚੁੱਕੇ ਬਲਾਕ ਕਾਂਗਰਸ ਦੇ ਪੰਚਾਇਤ ਅਫਸਰ ਵੱਲੋਂ ਕੀਤੀ ਗਈ ਸੀ। ਮਾਨਯੋਗ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਰਾਜ ਐਕਟ 1994 ਦੀ ਧਾਰਾ 216 ਦੇ ਤਹਿਤ ਕਾਰਵਾਈ ਕਰਨ ਲਈ ਮੈਨੂੰ ਆਦੇਸ਼ ਜਾਰੀ ਕੀਤੇ ਗਏ, ਜਿਸ ਦੀ ਕਾਰਵਾਈ ਇਸ ਗਬਨ ਦੇ ਸੰਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਇਸ ਸੰਬੰਧ ਵਿੱਚ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਨੋਟਿਸ ਜਿਹੜੇ ਹੁਣ ਜਾਰੀ ਕਰ ਰਹੇ ਹਨ ਪਹਿਲਾਂ ਕੀਤੇ ਗਏ? ਇਹ ਪਹਿਲਾਂ ਵੀ ਕੀਤੇ ਗਏ ਸੀ ਔਰ ਇਹਨੂੰ ਨੋਟਿਸ ਜਾਰੀ ਕਰਨ ਦੇ ਬਾਵਜੂਦ ਵੀ ਹਾਜ਼ਰ ਹੋਣ ਲਈ ਇਹਨਾਂ ਨੂੰ ਪਾਬੰਦ ਕੀਤਾ ਗਿਆ, ਲੇਕਿਨ ਵਾਰ ਵਾਰ ਇਸ ਵੱਲੋਂ ਦਫ਼ਤਰ ਦੇ ਵਿੱਚ
ਹਾਸਲ ਨਹੀਂ ਹੋਇਆ, ਜਦਕਿ ਇਹਦੇ ਵੱਲੋਂ ਆਪਣੀ ਬਿਮਾਰੀ ਦਾ ਬਹਾਨਾ ਲਾਉਂਦੇ ਹੋਏ ਮੈਡੀਕਲ ਸਰਟੀਫਿਕੇਟ ਪ੍ਰੋਡਿਊਸ ਕਰ ਦਿੱਤੇ ਗਏ ਅਤੇ ਆਪਣਾ ਪੱਖ ਪੇਸ਼ ਜਿਹੜਾ ਸੀ ਉਹ ਉਸ ਪੜਤਾਲ ਦੇ ਦੌਰਾਨ ਪੇਸ਼ ਨਹੀਂ ਕਰ ਸਕਿਆ। ਕਿੰਨੇ ਕੁ ਰੁਪਏ ਦਾ ਘਟਾਲਾ ਕੀਤਾ ਗਿਆ? 24,96,69,69 ਰੁਪਏ ਦਾ ਘੁਟਾਲਾ ਜਿਹੜਾ ਇਹ ਸਿਰਫ ਵਿਕਾਸ ਦੇ ਕੰਮਾਂ ਦੇ ਪ੍ਰਾਪਤ ਹੋਈਆਂ ਗ੍ਰਾਂਟਾਂ ਦਾ। ਇਸ ਤੋਂ ਇਲਾਵਾ ਗਹਿਰੀ ਮੰਡੀ ਦੇ ਵਿੱਚ ਪੰਚਾਇਤ ਦੀਆਂ 35 ਦੁਕਾਨਾਂ ਨੇ, 17 ਦੁਕਾਨਾਂ ਦਾ ਜਿਹੜੀ ਕਿ 50 ਸਾਲ ਦੀ ਲੀਜ਼ ਸੀ ਉਹ 2013 ਦੇ ਵਿੱਚ ਖਤਮ ਹੋ ਗਈ। ਉਸ ਦੇ ਬਦਲੇ ਉੱਥੋਂ ਦੇ ਦੁਕਾਨਦਾਰਾਂ ਨੇ ਸ਼ਿਕਾਇਤ ਦੇ ਵਿੱਚ ਸ਼੍ਰੀ ਭਾਨ ਸਿੰਘ ਪੁੱਤਰ ਵਧਾਵਾ ਸਿੰਘ, ਸ਼ੁਭਮ ਪੁੱਤਰ ਹੀਰਾ ਸਿੰਘ, ਬਲਬੀਰ ਸਿੰਘ ਪੁੱਤਰ ਧਰਮਚੰਦਾ, ਇਹਨਾਂ ਨੇ ਲਿਖਤੀ ਹਲਫੀਆ ਬਿਆਨ ਪੇਸ਼ ਕੀਤੇ ਕਿ ਸਾਡੇ ਵੱਲੋਂ 50,000 ਤੋਂ 1,00,000 ਰੁਪਈਏ ਤੱਕ ਕਿਰਾਇਆ ਜਿਹੜਾ ਉਸ ਟਾਈਮ 'ਤੇ ਗਿਰਾਇਆ ਗਿਆ, ਜਿਸ ਦੀਆਂ ਰਸੀਦਾਂ ਜਿਹੜੀਆਂ ਸਨ ਉਹ ਸਾਨੂੰ ਨਹੀਂ ਦਿੱਤੀਆਂ। ਪੰਚਾਇਤ ਫੰਡ ਦੇ ਵਿੱਚ ਵੀ ਲੀਜ਼ ਐਗਰੀਮੈਂਟ ਦੇ ਸੰਬੰਧ ਵਿੱਚ ਇਹਦੇ ਵੱਲੋਂ ਰਿਕਾਰਡ ਪੇਸ਼ ਹੋਣ ਦੀ ਅਸੀਂ ਇਹਨੂੰ ਨੋਟਿਸ ਜਾਰੀ ਕੀਤਾ, 2 ਨੋਟਿਸ ਜਾਰੀ ਕੀਤੇ ਗਏ, ਲੇਕਿਨ ਇਹ ਦੋਨਾਂ ਨੋਟਿਸਾਂ ਜਾਰੀ ਕਰਨ ਦੇ ਬਾਵਜੂਦ ਵੀ ਇਹ ਆਪਣਾ ਪੱਖ ਪੇਸ਼ ਨਹੀਂ ਕਰ ਸਕਿਆ। ਕੋਈ ਪੁਲਿਸ ਕਾਰਵਾਈ ਕੀਤੀ ਗਈ? ਪੁਲਿਸ ਦੀ ਕਾਰਵਾਈ ਕਰਨ ਵਾਸਤੇ ਮਾਨਯੋਗ ਜ਼ਿਲ੍ਹਾ ਵਿਕਾਸ ਦੇ ਪੰਚਾਇਤ ਅਫਸਰ ਜੀ ਨੂੰ ਆਲਰੇਡੀ ਲਿਖਿਆ ਜਾ ਚੁੱਕਾ ਹੈ ਇਸ ਗਬਨ ਦੇ ਸੰਬੰਧ ਵਿੱਚ। ਇਸ ਦੇ ਨਾਲ ਜਿਹੜੀ ਗ੍ਰਾਮ ਪੰਚਾਇਤ ਗਹਿਰੀ ਮੰਡੀ ਦੇ ਵਿੱਚ ਛੱਪੜ ਦੀ ਹਰ ਸਾਲ ਬੋਲੀ ਹੁੰਦੀ ਹੈ, ਉਹ ਭਿਆਂ ਦੀ ਸੰਘਾੜਿਆਂ ਦਾ ਉੱਥੇ 1.5 ਤੋਂ 2 ਏਕੜ ਦੇ ਲਗਭਗ ਛੱਪੜ ਹੈ। 2013 ਤੋਂ ਲੈ ਕੇ 2016-17 ਤੱਕ 50,000 ਤੋਂ ਲਗਭਗ 50,000 ਤੋਂ 60,000 ਰੁਪਈਏ ਤੱਕ ਇਹਦੀ ਬੋਲੀ ਹੁੰਦੀ ਹੈ, ਔਰ 2013 ਤੋਂ ਲੈ ਕੇ 2016-17 ਤੱਕ ਉਹ ਵੀ ਪੰਚਾਇਤ ਦੇ ਖਾਤੇ ਦੇ ਵਿੱਚ ਜਮ੍ਹਾਂ ਨਹੀਂ ਕਰਵਾਏ ਔਰ ਉਹ ਰਕਮ ਨੂੰ ਗਬਨ ਕਰ ਦਿੱਤਾ ਗਿਆ ਹੈ। ਕੇਵਲ 2017-18 ਅਤੇ 2018-19 ਦੀ ਪੰਚਾਇਤ ਸਕੱਤਰ ਦੀ ਰਿਪੋਰਟ ਦੇ ਅਨੁਸਾਰ, ਮੌਜੂਦਾ ਜਿਹੜਾ ਪੰਚਾਇਤ ਸਕੱਤਰ ਆ ਉਹਨੇ ਇਹ ਰਿਪੋਰਟ ਕੀਤੀ ਕਿ 55,000 ਪਿਛਲੇ ਸਾਲ, 50,000 ਦੇ ਇਸ ਸਾਲ ਦੇ ਵਿੱਚ ਬੋਲੀ ਹੋਈ ਹੈ, ਲੇਕਿਨ ਪਿਛਲੇ ਸਾਲਾਂ ਦਾ ਰਿਕਾਰਡ ਵੀ ਉਹਦੇ ਕੋਲ ਨਾ ਹੋਣ ਕਰਕੇ 1.5 ਲੱਖ ਰੁਪਈਏ ਦਾ ਉਹ ਛੱਪੜ ਦੀ ਬੋਲੀ ਦੇ ਵਿੱਚੋਂ ਵੀ ਇਹਦਾ ਗਬਨ ਹੈ। ਉਹ ਪੰਚਾਇਤ ਦਾ ਖਾਤੇ ਵਿੱਚ ਕੋਈ ਰਕਮ ਜਿਹੜੀ ਆ ਉਹ ਜਮ੍ਹਾਂ ਨਹੀਂ ਕੀਤੀਆਂ। ਬੈਂਕ ਦੀਆਂ ਸਟੇਟਮੈਂਟਾਂ ਸਾਰਾ ਜਿਹੜਾ ਉਸ ਸਮੇਂ ਪੜਤਾਲ ਦੇ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਕੋਈ ਤੁਸੀਂ ਐਕਸ਼ਨ ਲਿਆ ਇਹਨਾਂ ਦੇ ਉੱਤੇ? ਇਸ ਤੋਂ ਪਹਿਲਾਂ ਜਿਹੜਾ ਐਕਸ਼ਨ ਲਿਆ ਉਹ 216 ਦੀ ਕਾਰਵਾਈ ਜਿਹੜੀ ਹੈ ਉਹ ਆਰੰਭਣ ਵਾਸਤੇ ਇਹਦੇ 'ਤੇ ਐਕਸ਼ਨ ਜਿਹੜਾ ਉਹ ਲਿਆ ਜਾ ਚੁੱਕਾ। ਹੁਣ ਜਿਹੜਾ ਹੈਗਾ ਦੁਕਾਨਾਂ ਦੇ ਸੰਬੰਧ ਦੇ ਵਿੱਚ ਜਿਹੜੀ ਸਾਨੂੰ ਸ਼ਿਕਾਇਤ ਆਈ ਹੈ ਉਹਦੇ ਸੰਬੰਧ ਦੇ ਵਿੱਚ ਹੈਗੀ ਆ। ਇਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਦਾ ਭਰਾ ਜਿਹੜਾ ਕਿ ਪੰਚਾਇਤ ਸਕੱਤਰ ਪੰਚਾਇਤ ਸੰਮਤੀ ਜੰਡਿਆਲਾ ਗੁਰੂ ਦੇ ਵਿੱਚ ਬਤੌਰ ਪੰਚਾਇਤ ਸਕੱਤਰ ਕੰਮ ਟੈਕਸ ਕਲੈਕਟਰ ਦਾ ਵੀ ਚਾਰਜ ਇਸ ਤੋਂ ਰਿਹਾ, ਲੇਕਿਨ ਉਹਦੇ ਵੱਲੋਂ ਵੀ ਵੱਖ ਵੱਖ ਪੰਚਾਇਤਾਂ ਦਾ ਪੰਚਾਇਤ ਸਕੱਤਰ ਹੋਣ ਦੇ ਨਾਤੇ ਉਹਦੇ ਵੱਲੋਂ 36,50,250 ਰੁਪਈਏ ਦਾ ਪੈਨਸ਼ਨ ਆ, ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ, ਵਿਧਵਾ ਪੈਨਸ਼ਨ ਦਾ ਵੱਖ ਵੱਖ ਪੰਚਾਇਤਾਂ ਵਿੱਚ ਉਸ ਤੋਂ ਗਬਨ ਕੀਤਾ ਗਿਆ ਹੈ। ਪੰਚਾਇਤ ਸੰਮਤੀ ਜੰਡਿਆਲਾ ਗੁਰੂ ਦੀਆਂ 150 ਪੰਚਾਇਤਾਂ
ਔਰ 150 ਪੰਚਾਇਤਾਂ ਦਾ ਇਹ ਟੈਕਸ ਕੁਲੈਕਟਰ ਇਹਦੇ 'ਚ ਰਿਹਾ। ਇਹਦੇ ਵੱਲੋਂ ਦੁਕਾਨਾਂ ਦੀ ਉਗਰਾਹੀ ਕੀਤੀ ਗਈ, ਉਗਰਾਹੀ ਕਰਨ ਦੇ ਬਾਵਜੂਦ ਵੀ ਉਹ ਰਕਮ ਜਿਹੜੀ ਸੀ ਇਹ ਪੰਚਾਇਤ ਸਮਿਤੀ ਦੇ ਵਿੱਚ ਜਮ੍ਹਾਂ ਹੋਣੀ ਸੀ ਉਹ ਵੀ ਨਹੀਂ ਕੀਤੀ ਗਈ, ਔਰ ਲਗਭਗ 5 ਤੋਂ 10 ਲੱਖ ਰੁਪਈਏ ਤੱਕ ਪੰਚਾਇਤ ਸਮਿਤੀ ਦੀਆਂ ਦੁਕਾਨਾਂ ਦਾ ਕਿਰਾਏ ਦਾ ਗਬਨ ਅਤੇ ਪੰਚਾਇਤ ਸਮਿਤੀ ਦਾ ਰਿਕਾਰਡ, ਦੁਕਾਨਾਂ ਦਾ ਰਿਕਾਰਡ, ਟੈਕਸ ਕਲੈਕਟਰ ਸੀਡ ਦਾ ਚਾਰਜ ਦਾ ਜਿਹੜਾ ਚਾਰਜ ਹੈ ਉਹ ਵੀ ਰਿਕਾਰਡ ਹੈਂਡਓਵਰ ਜਿਹੜਾ ਨਹੀਂ ਕੀਤਾ ਗਿਆ। ਇਹਦੇ 'ਤੇ ਪਹਿਲਾਂ ਵੀ FIR ਜਿਹੜੀ ਆ ਦਰਜ ਹੋ ਚੁੱਕੀ ਹੈ ਅਤੇ ਗਬਨ ਦੇ ਦੋਸ਼ ਦੇ ਵਿੱਚ ਇਹਦਾ ਭਰਾ ਵੀ ਜਿਹੜਾ ਉਹ ਘਿਰਿਆ ਅਤੇ ਹੁਣ ਇਸ ਟਾਈਮ ਦੇ ਉੱਤੇ ਉਹ ਮੁਅੱਤਲ ਹੁੰਦਾ ਕਿ ਮਨਜਿੰਦਰ ਸਿੰਘ ਭੀਰੀ ਵੱਲੋਂ ਇਹ ਗੱਲ ਨੂੰ ਕਹਿਣਾ ਕਿ ਮੈਂ BDO ਦਫ਼ਤਰ ਦੇ ਵਿੱਚ ਵਾਰ ਵਾਰ ਜਾ ਕੇ ਰਿਕਾਰਡ ਆਪਣਾ ਪੇਸ਼ ਕਰ ਰਿਹਾ ਔਰ BDO ਮੇਰੇ ਕੋਲ ਰਿਕਾਰਡ ਜਿਹੜਾ ਉਹ ਲੈਣ ਲਿਆ। ਪਹਿਲਾਂ ਤਾਂ ਉਹ ਹੀ ਮੈਂ ਪੁੱਛਣਾ ਚਾਹੁੰਦਾ ਕਿ ਉਹ ਰਿਕਾਰਡ ਇੱਥੇ ਕਿਹਨੂੰ ਦੇਣ ਆਇਆ? ਜੇਕਰ ਉਹ ਰਿਕਾਰਡ ਇਹਦੇ ਕੋਲ ਹੁੰਦਾ ਤਾਂ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜੀ ਪਾਸ 2 ਇਨਕੁਆਇਰੀਆਂ ਇਹਦੀਆਂ ਚੱਲ ਰਹੀਆਂ ਨੇ, ਇਹ ਰਿਕਾਰਡ ਉੱਥੇ ਵੀ ਪੇਸ਼ ਕੀਤਾ, ਉੱਥੇ ਵੀ ਇਹਨੇ ਰਿਕਾਰਡ ਨੂੰ ਪੇਸ਼ ਕੀਤਾ। ਇਹ ਸਾਬਤ ਹੈ, ਇਹ ਸਿੱਧ ਹੁੰਦਾ, ਸਪਸ਼ਟ ਹੁੰਦਾ ਕਿ ਮਨਜਿੰਦਰ ਸਿੰਘ ਧੀਰੀ ਜਿਹੜਾ ਇਹ ਆਪਣੇ ਸਮੇਂ ਦੌਰਾਨ ਪ੍ਰਾਪਤ ਕੀਤੀਆਂ ਹੋਈਆਂ ਗਰੰਟਾਂ ਦੇ ਗਬਨ ਨੂੰ ਛੁਪਾਉਣਾ ਚਾਹੁੰਦਾ ਅਤੇ ਇਹ ਜੋ ਇਲਜ਼ਾਮਬਾਜ਼ੀ ਕਰ ਰਿਹਾ ਕਿ ਮੇਰੀ ਮਾਤਾ ਸ਼੍ਰੀਮਤੀ ਬਲਬੀਰ ਕੌਰ ਨੂੰ ਬੇਬਕਾਇਆ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ, ਇਹ ਬਿਲਕੁਲ ਗਲਤ ਹੈ ਕਿਉਂਕਿ ਮੇਰੇ ਵੱਲੋਂ ਇਸ ਬਲਾਕ ਵਿੱਚੋਂ 79 ਬੇਬਕਾਇਆ ਸਰਟੀਫਿਕੇਟ ਜਿਹੜੇ ਸਨ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੈਂ ਜਾਰੀ ਕੀਤੇ ਨੇ ਅਤੇ ਜਿਹਦੇ ਵਿੱਚ ਇਹਦੀ ਮਾਤਾ ਜਿਹੜੀ ਹੈ ਬਲਬੀਰ ਕੌਰ ਉਹ ਮੇਰੇ ਕੋਲ ਉਸਦੀ ਫਾਈਲ ਜਿਹੜੀ ਹੈ ਨਾਮਜ਼ਦਗੀ ਵਾਸਤੇ ਪ੍ਰਾਪਤ ਹੀ ਨਹੀਂ। ਇਹ ਜੋ ਕੁਛ ਕਰ ਰਿਹਾ ਇਹ ਆਪਣੀ ਗਬਨ ਨੂੰ ਕੀਤੇ ਹੋਏ ਧਾਂਦਲੀਆਂ ਨੂੰ ਉੱਤੇ ਪਰਦਾ ਪਾਉਣ ਦੇ ਲਈ ਇਹ ਬਿਆਨਬਾਜ਼ੀ ਜਿਹੜੀ ਹੈ ਉਹ ਅਖਬਾਰਾਂ ਵਿੱਚ ਕਰ। ਇਸ ਦੀ ਇਨਕੁਆਇਰੀ ਜਿਹੜੀ ਸੀ ਮੇਰੇ ਤੋਂ ਪਹਿਲਾਂ ਰਹਿ ਚੁੱਕੇ BDPO ਸ਼੍ਰੀਮਤੀ ਜੀਨਤ ਖਹਿਰਾ ਜੀ ਅਤੇ ਉਹਨਾਂ ਵੱਲੋਂ ਮਾਨਯੋਗ ਡਿਵੀਜ਼ਨਲ ਡਿਪਟੀ ਡਾਇਰੈਕਟਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਹ ਕੀਤੀ ਗਈ ਸੀ ਔਰ ਜਿਸ ਦੀ ਰਿਪੋਰਟ ਜਿਹੜੀ ਹੈ ਉਹ 21/3/2018 ਨੂੰ ਮਾਨਯੋਗ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਜੀ ਵੱਲੋਂ ਉਸ 'ਤੇ ਕਾਰਵਾਈ ਕਰਦੇ ਹੋਏ ਇਹਨੂੰ ਸਸਪੈਂਡ ਕੀਤਾ ਗਿਆ ਅਤੇ ਆਦੇਸ਼ ਦਿੱਤੇ ਗਏ ਕਿ ਜਿੰਨੀ ਇਹਦੀ ਵੱਲ ਰਿਕਵਰੀ ਬਣਦੀ ਹੈ ਗਰੰਟਾਂ ਦੇ ਗਬਨ ਦੀ ਉਹ 216 ਦੇ ਤਹਿਤ ਇੱਕ ਕਾਰਵਾਈ ਕੀਤੀ ਜਾਵੇ। ਜੋ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਜੇ ਇਹ ਪ੍ਰੈਸ ਕਾਨਫਰੰਸ ਤੁਸੀਂ ਭੀੜੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਕਿਉਂ ਨਹੀਂ ਕੀਤੀ? ਕਿਉਂਕਿ ਮੈਂ ਕੱਲ੍ਹ ਚੰਡੀਗੜ੍ਹ ਸਾਂ, ਚੰਡੀਗੜ੍ਹ ਜਾਣ ਕਰਕੇ ਮੈਂ ਕੱਲ੍ਹ ਹੀ ਕਰਨਾ ਚਾਹੁੰਦਾ ਸੀ। ਜਿਸ ਟਾਈਮ ਦੇ ਤਾਂ ਮੈਂ ਇਹ ਅਖਬਾਰ ਦੇ ਵਿੱਚੋਂ ਪੜ੍ਹਿਆ ਕਿ ਇਹਦੇ ਵੱਲੋਂ ਇਹ ਬਿਆਨਬਾਜ਼ੀ ਜਿਹੜੀ ਆ ਕੀਤੀ ਜਾ ਰਹੀ ਹੈ ਅਤੇ ਉਸ ਸੰਬੰਧ ਦੇ ਵਿੱਚ ਮੈਂ ਆਪਣਾ ਪੱਖ ਜਿਹੜਾ ਸੀਗਾ ਉਹ ਵੀ ਰੱਖਣਾ ਚਾਹੁੰਦਾ। ਨਹੀਂ ਸਰ, ਤੁਸੀਂ ਦੋਸ਼ ਹੁਣ ਅੱਜ ਲਾ ਰਹੇ ਸੀ, ਉਹਨਾਂ ਨੇ ਕੋਈ ਦੋਸ਼ ਤੁਹਾਡੇ 'ਤੇ ਲਾਏ ਆ, ਤੁਸੀਂ ਅੱਜ ਦੋਸ਼ ਲਾ ਰਹੇ ਸੀ, ਤੁਸੀਂ ਇਹ ਪਹਿਲਾਂ ਕਿਉਂ ਨਹੀਂ ਉਹਨਾਂ 'ਤੇ ਦੋਸ਼? ਦੋਸ਼ ਜਿੱਥੋਂ ਤੱਕ ਦੋਸ਼ਾਂ ਨਾਲ ਸੰਬੰਧ ਹੈ ਉਹ ਕਾਨੂੰਨ ਦੇ ਅਨੁਸਾਰ ਜਿਹੜੀ ਸੀ ਉਹ ਕਾਰਵਾਈ ਜਿਹੜੀ ਸੀ ਅਸੀਂ ਆਰੰਭ ਦਿੱਤੀ ਸੀ, ਪਹਿਲਾਂ ਹੀ ਚੱਲਦੀ ਪਈ ਆ। ਅਸੀਂ ਜੋ ਕੰਮ ਕਰਨਾ ਕਾਨੂੰਨ ਦੇ ਅਦਾਰੇ ਦੇ ਵਿੱਚ ਹੀ ਰਹਿ ਕੇ ਕੀਤਾ ਜਾਣਾ, ਨਾ ਕਿ ਮੇਰੇ ਵੱਲੋਂ ਆਪਣੀ ਸੀਟ 'ਤੇ ਬਹਿ ਕੇ ਉਹ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਜਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ। ਮੈਂ ਤਾਂ ਡਿਊਟੀ ਜਿਹੜੀ ਆ ਕਾਨੂੰਨ ਦੇ ਮੁਤਾਬਕ ਹੀ ਨਿਭਾ। ਅਕਾਲੀ ਸਰਕਾਰ ਦੇ ਨੁਮਾਇੰਦਾ ਹੁੰਦੇ ਨਾਤੇ ਉਹ ਕਹਿ ਰਿਹਾ ਵੀ ਮੈਨੂੰ ਧੱਕੇਸ਼ਾਹੀ ਕੀਤੀ ਗਈ ਹੈ। ਬਿਲਕੁਲ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ, ਸਿਰਫ ਤਾਂ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਿਕਾਸ ਦੇ ਕੰਮਾਂ ਵਾਸਤੇ। ਜਿਹੜੀਆਂ 20 ਗਰੰਟਾਂ ਪ੍ਰਾਪਤ ਹੋਈਆਂ ਸਨ ਉਹਨਾਂ ਵਿੱਚ ਧਾਂਦਲੀਆਂ ਹੇਰਾਫੇਰੀਆਂ ਇਹਦੇ ਵੱਲੋਂ ਕੀਤੀਆਂ ਗਈਆਂ, ਉਹ ਉਹਨਾਂ ਨੂੰ ਛੁਪਾਉਣ ਦੀ ਹੀ ਖਾਤਰ ਲੋਕਾਂ ਨੂੰ ਇਹ ਆਪਣੀ ਸੱਚਾਈ ਨੂੰ ਪੇਸ਼ ਕਰਨਾ ਪੈਂਦਾ।
ਕੋਈ ਗਬਨ ਲੱਖਾਂ ਰੁਪਇਆਂ ਦਾ ਨਹੀਂ ਕੀਤਾ, ਕਿਉਂਕਿ 2017 ਦੇ ਵਿੱਚ ਪੰਜੇ ਦੀ ਸਰਕਾਰ ਬਣੀ ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਮੇਰੇ ਮਾਤਾ ਜੀ ਬੀਬੀ ਬਲਬੀਰ ਕੌਰ ਜੀ ਨੇ ਆ ਲੇਟੈਸਟ ਹੀ ਆ ਜਸਟ ਹੁਣੇ ਜਿਹੜੀ ਇਲੈਕਸ਼ਨ ਚੱਲ ਕੇ ਹਟਿਆ ਉਹਦੇ ਵਿੱਚ ਇਲੈਕਸ਼ਨ ਲੜੀ ਆ, ਅਤੇ ਉਸ ਟਾਈਮ 'ਤੇ ਵੀ ਸਾਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਧਮਕੀਆਂ ਆਈ ਜਾ ਰਹੀਆਂ ਸੀ ਕਿ ਅਸੀਂ ਤੁਹਾਡੇ 'ਤੇ ਕੋਈ ਝੂਠੇ ਪਰਚੇ ਜਾਂ ਝੂਠੇ ਕੇਸ ਦਰਜ ਕਰਾਂਗੇ। ਉਸ ਤੋਂ ਇਲਾਵਾ ਅਸੀਂ ਉਹਨਾਂ ਧਮਕੀਆਂ ਦੀ ਜਿਹੜੀ ਨਾ ਪਰਵਾਹ ਕਰਦੇ ਹੋਏ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਜਿਹੜੇ ਸਾਡੇ ਹਲਕਾ ਇੰਚਾਰਜ ਡਾਕਟਰ ਦਲਵੀਰ ਸਿੰਘ ਜੀ ਵੇਰਕਾ ਵੱਲੋਂ ਉਹਨਾਂ ਦੀ ਰਹਿਨਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਉਹ ਇਲੈਕਸ਼ਨ ਲੜੀ ਆ, ਅਤੇ ਅਸੀਂ ਗਹਿਰੀਓਂ ਜਿਹੜੀ ਆ ਉਹ ਅਕਾਲੀ ਦਲ ਨੇ ਫਸਟ ਟਾਈਮ ਜਿੱਤ ਵੀ ਪ੍ਰਾਪਤ ਕੀਤੀ ਆ, ਜਿਹੜੀ ਕਾਂਗਰਸ ਪਾਰਟੀ ਨੂੰ ਇਹ ਹਜ਼ਮ ਨਹੀਂ ਹੋ ਰਹੀ। ਖਾਸ ਕਰਕੇ ਜਿਹੜੇ ਕਾਂਗਰਸ ਦੇ ਜਿਹੜੇ ਏਜੰਟ ਭਗਵਾਨ ਸਿੰਘ BDPO ਜੰਡਿਆਲਾ ਗੁਰੂ ਉਹਨਾਂ ਨੂੰ ਹਜ਼ਮ ਨਹੀਂ ਹੋ ਰਹੀ, ਕਿਉਂਕਿ ਕੁਛ ਸਮਾਂ ਜਿਹੜਾ ਵਾ ਉਹ ਲੰਘ ਚੁੱਕਾ ਸੀਗਾ ਅਤੇ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ, ਪਰ ਸਾਡੇ ਕੋਲ ਸਾਰੇ ਪ੍ਰੂਫ ਆ ਇਸ ਸੰਬੰਧ ਦੇ ਵਿੱਚ ਜਿਹੜੇ ਉਹਨਾਂ ਸਾਡੇ 'ਤੇ ਐਲੀਗੇਸ਼ਨ ਲਾਏ ਆ ਕਿ 25 ਲੱਖ ਰੁਪਈਏ ਦੀ ਜਿਹੜੀ ਗ੍ਰਾਂਟ ਜਿਹੜੀ ਆ ਉਹ ਅਸੀਂ ਜਿਹੜੀ ਆ ਉਹ ਸਾਡੇ 'ਤੇ ਐਲੀਗੇਸ਼ਨ ਲਾ ਰਹੇ ਆ। BDO ਸਾਹਿਬ, ਮੈਂ ਉਹਨਾਂ ਨੂੰ ਆਹ ਵੇਖੋ ਜੀ ਤੁਹਾਡੇ ਕੈਮਰੇ ਸਾਹਮਣੇ ਇਹ NOC ਸਰਟੀਫਿਕੇਟ ਆ ਜੀ 2014-2015 ਦੇ, ਇਹ ਮੇਰੇ ਕੋਲ UC ਸਰਟੀਫਿਕੇਟ 2014-15 PIDB ਦਾ 2016 ਦੇ ਵਿੱਚ ਮੈਨੂੰ ਗ੍ਰਾਂਟ ਆਈ ਜਿਸ ਦੀ ਹਰਭਜਨ ਸਿੰਘ JEE ਵੱਲੋਂ 19,00,000 ਦੀ ਜਿਹੜੀ ਆ ਉਹ ਆਪਣਾ ਮੈਜਰਮੈਂਟ ਕੱਢੀ ਗਈ, ਜਿਹਦੇ ਅਕੋਰਡਿੰਗ ਸਾਨੂੰ 43 ਲੱਖ ਰੁਪਈਆ ਟੋਟਲ ਗ੍ਰਾਂਟ BDPO ਵੱਲੋਂ ਜਿਹੜੀ ਇਹਨਾਂ ਨੇ ਸਾਡੇ 'ਤੇ ਪੂਰੀ ਟੋਟਲ ਗ੍ਰਾਂਟ ਜਿਹੜੀ ਗਹਿਰੀ ਮੰਡੀ ਨੂੰ ਅਲਾਟ ਹੋਈ ਸੀਗੀ। 15 ਲੱਖ ਦੇ ਸਾਡੇ ਕੋਲ UC, 19,30,000 ਰੁਪਏ ਦਾ ਉਹਨਾਂ ਨੇ ਕੰਮ ਸ਼ੋਅ ਕੀਤਾ, ਅਤੇ ਅਸੀਂ ਉਹਨਾਂ ਨੇ ਇਹ ਐਲੀਗੇਸ਼ਨ ਲਾਇਆ ਕਿ ਇਹਨਾਂ ਨੇ ਮਿੰਤੀ ਕਰਾਉਣ ਦੇ ਵਿੱਚ ਸਹਿਯੋਗ ਨਹੀਂ ਕੀਤਾ। ਮੈਂ ਅੱਜ ਵੀ ਦਾਅਵਾ ਕਰਦਾ ਇਸ ਚੀਜ਼ ਦਾ ਕਿ ਜਦੋਂ ਮਰਜ਼ੀ ਸਾਡੀ ਮਿੰਤੀ ਕਰਾਉਣ, ਜਦੋਂ ਮਰਜ਼ੀ ਜਿਹੜਾ ਮਰਜ਼ੀ ਸਾਡੀ ਇਨਕੁਆਇਰੀ ਕਰਨ, ਪਰ ਪਾਰਦਰਸ਼ੀ ਇਨਕੁਆਇਰੀ। ਇਹਨਾਂ ਤੋਂ ਅਜੇ ਸਾਨੂੰ 1% ਸਾਨੂੰ ਇਹਨਾਂ ਤੋਂ ਜਿਹੜੀ ਆ ਉਹ ਇਨਸਾਫ ਦੀ ਆਸ ਨਹੀਂ ਆ। ਅਸੀਂ ਡਿਪਟੀ ਡਾਇਰੈਕਟਰ ਜਲੰਧਰ ਆਪਣੇ ਸੁਰਿੰਦਰਪਾਲ ਆਂਗਰਾ ਜੀ ਨੂੰ ਇੱਕ ਲਿਖਤੀ ਲੈਟਰ ਵੀ ਦਿੱਤੀ ਆ, ਉਹ ਵੀ ਸਾਡੇ ਕੋਲ ਰਿਟਨ ਦੇ ਵਿੱਚ ਪਈ ਆ। ਉਹ ਲੈਟਰ ਦੇ ਵਿੱਚ ਵੀ ਅਸੀਂ ਇਹ ਜ਼ਿਕਰ ਕੀਤਾ ਕਿ ਸਾਨੂੰ ਹੋਮ ਬਲਾਕ ਹੋਣ ਦੇ ਨਾਤੇ ਅਸੀਂ ਅਕਾਲੀ ਦਲ ਦੇ ਨਾਲ ਸੰਬੰਧਿਤ ਹੋਣ ਕਰਕੇ ਇੱਥੋਂ ਸਾਨੂੰ ਇਨਸਾਫ ਮਿਲਣ ਦੀ ਆਸ ਨਹੀਂ ਆ। ਸਾਡੀ ਆਊਟ ਆਫ ਡਿਸਟ੍ਰਿਕਟ ਜਿੱਥੇ ਮਰਜ਼ੀ ਮਿੰਤੀ ਕਰਾ ਲੈਣ, ਅਸੀਂ ਬਿਲਕੁਲ ਤਿਆਰ ਹਾਂ। ਇੱਕ ਤੁਹਾਡੇ ਦੋਸ਼ ਲਾਏ ਦੁਕਾਨਾਂ ਦੇ, ਦੁਕਾਨਾਂ ਦੇ ਉਹ ਜੀ ਜਿਹੜੇ BDO ਸਾਹਿਬ ਉਹਨਾਂ ਨੇ ਜਿਹੜੇ ਸਾਡੇ 'ਤੇ ਦੋਸ਼ ਲਾਏ ਆ ਉਹ ਸਰਾਸਰ ਝੂਠੇ, ਕਿਉਂਕਿ ਉਹ ਵੀ ਮੈਂ ਇੱਕ ਤੁਹਾਨੂੰ ਸਾਫ਼ ਅਤੇ ਮੀਡੀਆ ਵਿੱਚ ਇੱਕ ਓਪਨਲੀ ਗੱਲ ਕਰਨੀ ਚਾਹੁੰਦਾ। ਵੇਖੋ ਜੀ ਆਹ ਜਿਹੜੇ ਆ ਉਹ ਦੁਕਾਨਦਾਰ ਆ ਜਿਨ੍ਹਾਂ ਨੂੰ ਦੁਕਾਨਾਂ ਅਲੋਟ ਕੀਤੀਆਂ ਗਈਆਂ 2014 ਦੇ ਵਿੱਚ, ਉਹਨਾਂ ਦੇ ਜਿਨ੍ਹਾਂ ਨੇ ਸਾਡੇ 'ਤੇ ਐਲੀਗੇਸ਼ਨ ਲਾਏ ਉਹਨਾਂ ਦੇ ਨਾਂ 'ਤੇ ਦੁਕਾਨਾਂ ਹੀ ਨਹੀਂ ਹੈਗੀਆਂ। ਅਤੇ BDO ਸਾਹਿਬ ਹੁਣਾਂ ਨੇ ਆਪਣੇ ਏਜੰਟ ਖੜ੍ਹੇ ਕਰਕੇ, ਸ਼ਾਇਦ BDO ਸਾਹਿਬ ਹੁਣਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜਨ ਦੇ ਚਾਹਵਾਨ ਆ, ਜਿਹੜਾ ਕਿ ਉਹ ਇੰਨਾ ਜਿਹੜਾ ਸਿਆਸਤ ਦੇ ਵਿੱਚ ਨਿੱਜੀ ਰੋਲ ਅਦਾ ਕਰ ਰਹੇ ਆ। ਤੁਹਾਡੀ ਅਗਲੀ ਕਾਰਵਾਈ ਕੀ ਹੋਏਗੀ? ਅਗਲੀ ਕਾਰਵਾਈ ਜੀ ਸਾਡੇ ਹਾਈ ਕਮਾਂਡ ਦੇ ਨਾਲ ਇਸ ਚੀਜ਼ ਦੇ ਡਿਸਕਸ ਕਰਕੇ ਮਾਣਯੋਗ ਹਾਈ ਕੋਰਟ ਦੇ ਵਿੱਚ ਇਹਨਾਂ ਖਿਲਾਫ਼ ਜਿਹੜੀ ਰਿਟ ਦਾਇਰ ਕੀਤੀ ਜਾਊਗੀ। ਫਿਰ ਇਹਨਾਂ ਨੇ ਜਾਤੀ ਸੂਚਕ ਸ਼ਬਦ ਜਿਹੜੇ ਸਾਨੂੰ ਬੋਲਿਆ ਉਹਦੇ ਖਿਲਾਫ਼ ਜਿਹੜਾ ਵਾ ਸੰਘਰਸ਼ ਪੁਰਜ਼ੋਰ ਸੰਘਰਸ਼ ਵਿੱਢਿਆ ਜਾਏਗਾ ਅਕਾਲੀ ਦਲ
ਵੱਲੋਂ ਸਾਡੇ ਨਾਲ ਸੀਨੀਅਰ ਨੇਤਾ ਜਿਹੜੇ ਸਰਦਾਰ ਬਿਕਰਮਜੀਤ ਸਿੰਘ ਕੋਟਲਾ ਸਾਡੇ ਨਾਲ ਖੜ੍ਹੇ ਨੇ, ਉਹ ਸਾਡੇ ਨਾਲ ਇਸੇ ਕਰਕੇ ਹੀ ਮੋਢੇ ਨਾਲ ਮੋਢਾ ਲਾ ਕੇ, ਕਿਉਂਕਿ ਅਸੀਂ ਬਿਲਕੁਲ ਪਾਰਦਰਸ਼ੀ ਅਤੇ ਬਿਲਕੁਲ ਸਾਫ਼ ਹਾਂ, ਪਾਕ ਸਾਫ਼ ਹਾਂ। ਸਾਡੇ 'ਤੇ ਜਿਹੜੇ ਝੂਠੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ BDP ਵੱਲੋਂ, ਇੱਕ ਸਾਫ਼ ਅਤੇ ਸਹੀ ਜਿਹੜੀ ਗੱਲ ਇੱਕ ਹੋਰ ਜਿਹੜੀ ਮੀਡੀਆ ਸਾਹਮਣੇ ਮੈਂ ਲੈ ਕੇ ਆਉਣੀ ਚਾਹੁੰਦਾ, ਜਿਹੜੇ ਭਗਵਾਨ ਸਿੰਘ BDO ਆ, ਇਸ ਈਸਟ ਵੈਸਟ ਜਿਹੜੇ ਬਲੋਕ ਜਲੰਧਰ ਤੋਂ ਆਏ ਆ, ਉਸ ਟਾਈਮ ਦੇ ਉੱਤੇ ਇਹਨਾਂ ਦੇ ਉੱਤੇ ਇੱਕ ਕਤਲ ਦਾ ਜਿਹੜਾ ਕੇਸ ਪਿਆ ਸੀਗਾ ਸੂਸਾਈਡ ਦਾ, ਉੱਥੇ JEE ਇੱਕ ਸੂਸਾਈਡ ਕਰ ਗਿਆ ਸੀਗਾ, ਉਹ ਵੀ ਇਹਨਾਂ ਤੋਂ ਜਿਹੜਾ ਵਾ ਖਫਾ ਹੋ ਕੇ ਇਹਨਾਂ ਦੀ ਹਰਾਸਮੈਂਟ ਤੋਂ, ਇਹਨਾਂ ਦੀ ਤੰਗ ਪਰੇਸ਼ਾਨ ਹੋ ਕੇ ਜਿਹੜਾ ਵਾ ਇਹਨਾਂ ਤੋਂ ਉਹ ਜਿਹੜਾ ਵਾ ਉਹ ਪਰੇਸ਼ਾਨ ਹੋ ਕੇ ਉਹ ਸੂਸਾਈਡ ਕਰ ਗਿਆ, ਉਹ ਵੀ ਐਲੀਗੇਸ਼ਨ ਜਿਹੜਾ ਇਸ ਵੀਡੀਓ 'ਤੇ ਜਿਹੜਾ ਵਾ ਉਹ ਜਾਰੀ ਹੁੰਦਾ ਵਾ, ਕਿਉਂਕਿ ਇਹ ਇਹਨਾਂ ਦੀ ਆਦਤ ਆ ਪੈਸਿਆਂ ਦੀ ਮੰਗ ਕਰਨੀ। ਥੋੜ੍ਹੇ ਪੈਸੇ ਦਿਓ, ਉਹ ਪੈਸੇ ਇਹਨਾਂ ਨੂੰ ਹਜ਼ਮ ਨਹੀਂ ਹੁੰਦੇ, ਉਹ ਇਹਨਾਂ ਦੀ ਪੈਸਿਆਂ ਦੀ ਮੰਗ। ਸਾਡੇ ਕਿਸੇ ਪੱਤਰਕਾਰ ਨੇ ਵੀ ਇਹਨਾਂ ਨੂੰ ਸਵਾਲ ਕੀਤਾ ਅਤੇ ਉਹ ਕਹਿੰਦੇ ਸਾਨੂੰ ਪੈਸੇ ਜਿਹੜੇ ਸੀ ਇਹ ਸਰਪੰਚ ਸਾਹਿਬ ਥੋੜ੍ਹੇ ਦੇ ਰਹੇ ਸੀ, ਉਹ ਫਿਰ ਪੱਤਰਕਾਰ ਸਾਹਿਬ ਹੋਣਾ ਨੇ ਗਾੜੀਓ ਕਿਹਾ ਵੀ ਫਿਰ ਤੁਹਾਨੂੰ ਜ਼ਿਆਦਾ ਮੰਗ ਹੋਣੀ ਆ, ਉਹ ਕਹਿੰਦੇ ਨਹੀਂ ਭਰਾਵਾ ਮੈਂ ਤੁਸੀਂ ਮੇਰੀ ਇਹ ਚੀਜ਼ ਰਿਕਾਰਡਿੰਗ ਨਾ ਕਰ ਲਿਓ, ਮੈਂ ਤਾਂ ਮਜ਼ਾਕ ਕਰ ਰਿਹਾ। ਕਹਿਣ ਤੋਂ ਭਾਵ ਵੀ ਮਜ਼ਾਕੀਆ ਲਾਜੇ ਦੇ ਵਿੱਚ ਵੀ ਇਹ ਜਿਹੜੇ ਆ ਪੈਸਿਆਂ ਦੀ ਮੰਗ ਕਰਦੇ ਆ। ਪੈਸੇ ਮੰਗੇ ਜੀ ਇਹਨਾਂ 50,000 ਰੁਪਈਆ ਜੀ? ਇਸ ਗੱਲ ਦਾ ਮੰਗਿਆ ਵੀ ਤੁਹਾਡੇ ਮੈਂ ਸਾਰੇ ਕੇਸ ਜਿਹੜੇ ਆ ਉਹ ਰਫਾ ਦਫਾ ਕਰ ਦੂੰਗਾ, ਇਹ ਪਾਵਰ ਮੇਰੇ ਹੱਥ ਦੇ ਵਿੱਚ ਆ, ਬਾਕੀ ਜੋ ਵੀ ਜਿਹੜਾ ਵਾ ਤੁਹਾਡਾ ਜਿਹੜੇ ਮਸਲੇ ਆ ਉਹ ਮੈਂ ਸ਼ਾਰਟ ਆਊਟ ਕਰ ਦੂੰਗਾ, ਖਤਮ ਕਰ ਦੂੰਗਾ। ਤੁਹਾਨੂੰ ਲੱਗਦਾ ਕਿ ਕਾਂਗਰਸ ਸਰਕਾਰ ਤੁਹਾਡੇ ਤੇ ਜਾਣ ਬੁੱਝ ਕੇ? ਬਿਲਕੁਲ ਜਾਣ ਬੁੱਝ ਕੇ ਜੀ, ਸਰਾਸਰ ਜਾਣ ਬੁੱਝ ਕੇ, ਕਿਉਂਕਿ ਜਿੱਦਣ ਇਹਨਾਂ ਨੇ ਮੇਰੇ ਖਿਲਾਫ ਜਿਹੜੀ ਆ ਜਿੱਦਣ ਅਸੀਂ ਕਾਗਜ਼ ਦਾਖਲ ਕਰਾਏ ਜੀ, ਉਦਣ ਵੀ ਕੁਛ ਕਾਂਗਰਸੀਆਂ ਨੇ ਜਿਹੜਾ ਵਾ ਮੈਨੂੰ ਸ਼ਰਿਆਮ ਇਹ ਗੱਲ ਕਹੀ ਕਿ ਤੁਸੀਂ ਕਾਗਜ਼ ਵਾਪਸ ਲੈ ਲਓ ਅਤੇ ਨਹੀਂ ਤਾਂ ਅਸੀਂ ਤੁਹਾਡੇ ਖਿਲਾਫ਼ ਜਿਹੜੀ ਤੇਰੇ ਬ੍ਰਦਰ ਖਿਲਾਫ਼ ਵੀ ਜਿਹੜੇ ਮੇਰੇ ਬ੍ਰਦਰ ਆ ਉਹ ਵੀ ਇਹਨਾਂ ਦੀ ਹਰਾਸਮੈਂਟ ਦੀ, ਕਿਉਂਕਿ ਸਾਨੂੰ ਪ੍ਰਸ਼ਾਸਨ ਨੇ ਸਾਨੂੰ ਰਾਹਤ ਦਿੱਤੀ ਆ, ਉਹਨਾਂ ਦੀ ਜ਼ਮਾਨਤ ਵੀ ਹੋ ਗਈ ਆ, ਉਹਨਾਂ ਦਾ ਬਿਲਕੁਲ ਜਿਹੜੇ ਆ ਉਹ ਜਿਹੜੇ ਦੋਸ਼ ਇਹਨਾਂ ਨੇ ਲਾਏ ਝੂਠੇ ਉਹ ਨਿਰਦੋਸ਼ ਸਾਬਤ ਹੋ ਰਹੇ ਆ। ਬਸ ਥੋੜ੍ਹੇ ਦੇਰ ਤੱਕ ਹੀ ਅਸੀਂ ਇਹ ਮੰਗ ਕਰਦੇ ਹਾਂ ਕਿ ਇਹੋ ਜਿਹੇ ਭ੍ਰਿਸ਼ਟ ਜਿਹੜੇ ਆ ਆਫਿਸਰ ਜਿਹੜੇ ਇਹਨਾਂ ਪਵਿੱਤਰ ਸੀਟਾਂ ਦੇ ਉੱਤੇ ਬਹਿ ਕੇ ਜਿਹੜੇ ਗਲਤ ਜਿਹੜੇ ਆਪਣੀਆਂ ਸੀਟਾਂ ਦੀ ਜਿਹੜੀ ਆ ਉਹ ਵਰਤੋਂ ਕਰ ਰਹੇ ਆ, ਉਹਨਾਂ ਨੂੰ ਸਿਰੇ ਤੋਂ ਜਿਹੜਾ ਵਾ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਜਿਹੜੇ ਇਹੋ ਜਿਹੇ ਭ੍ਰਿਸ਼ਟ ਬੰਦਿਆਂ ਨੂੰ ਜਿਹੜਾ ਵਾ ਤੁਰੰਤ ਜਿਹੜਾ ਵਾ ਇਹਨਾਂ ਨੂੰ ਬਰਖਾਸਤ ਕਰਕੇ ਸਾਨੂੰ ਜਿਹੜਾ ਵਾ ਇਨਸਾਫ਼ ਦਵਾਇਆ ਜਾਵੇ। ਜੰਡਿਆਲਾ ਗੁਰੂ ਤੋਂ ਕਮਲਜੀਤ ਸਿੰਘ ਅਤੇ ਪ੍ਰਗਟ ਸਿੰਘ ਦੀ ਰਿਪੋਰਟ।